ਚੇਂਜ ਕਰਤਾ ਮੁੰਡੇ ਦਾ, ਬਸ ਜੇ ਮਾੜਾ ਜਿਹਾ ਹਾਰ ਪੂਰਾ ਕੱਢ ਦਿੰਦੀ ਗੱਲ ਤੋਂ ਇਹਨੂੰ ਕਰੂੰਗੇ ਆਪ ਤਾਂ ਅਸੀਂ ਫੋਟਾ ਫੋਟਾ ਵਧੀਆ ਖਿੱਚ ਲਈਆਂ, ਹੁਣ ਕਿਸੇ ਹੋਰ ਨੂੰ ਨੀ ਖਿੱਚਣ ਦੇਣੀਆਂ ਗਰਾਰੀਆਂ ਜੱਟਾਂ ਦੀਆਂ। ਮੋਰਨਿੰਗ ਜੀ, ਕਿਵੇਂ ਹੋ ਸਾਰੇ? ਹੋਪ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਤੇ ਅੱਜ ਗੁੱਡ ਮੋਰਨਿੰਗ ਕਰ ਰਹੇ ਹਾਂ ਆਪਾਂ ਗੋਰਿਆਂ ਦੇ ਬ੍ਰੇਕਫਾਸਟ ਤੋਂ, ਤੇ ਇਸ ਟਾਈਮ ਖੜੇ ਹਾਂ ਆਪਾਂ ਕਾਰਡਿਫ ਨਾਮ ਦੀ ਜਗ੍ਹਾ ਤੇ ਜਿਹੜਾ ਕਿ ਵੇਲਸ ਦੇ ਵਿੱਚ ਹੈ। ਤੇ ਹਾਂਜੀ, ਕੀ ਹਾਲ ਚਾਲ ਦੋਸਤੋ? ਠੀਕ ਠਾਕ ਜੀ? ਹੋ ਵਧੀਆ? ਕਿਵੇਂ ਦੀ ਰਹੀ ਤੁਹਾਡੀ ਰਾਤ? ਕਿਵੇਂ ਦਾ ਸੀ ਘਰ? ਕਿਵੇਂ ਦਾ ਇਹ? ਠੀਕ ਹੈ, ਠੀਕ ਹੈ। ਅੱਛਾ ਲੱਗਿਆ ਤੁਹਾਨੂੰ? ਹਾਂ। ਵਰਥ ਇਟ ਹੈ? ਓਕੇ ਓਕੇ। ਅਸੀਂ ਨੀ ਤੁਹਾਨੂੰ ਬਾਹਰ ਅੰਦਰ ਲੈ ਕੇ ਆਉਂਦੇ ਹੁੰਦੇ, ਮਤਲਬ ਪੈਸਾ ਮੁੱਲ ਮੁੜ ਗਿਆ। ਬਹੁਤ ਸਹੀ ਹੈ, ਬਹੁਤ ਸਹੀ ਹੈ। ਤੇ ਬਸ ਅੱਜ ਦਾ ਪ੍ਰੋਗਰਾਮ ਦੇਖਦੇ ਹਾਂ, ਅੱਗੇ ਨਿਕਲਦੇ ਹਾਂ ਬੀਚ ਦੇ ਵੱਲ ਨੂੰ। ਪਹਿਲਾਂ ਤਾਂ ਬੀਚ ਜਾਣਾ ਹੈ, ਫਿਰ ਕਿੱਥੇ ਜਾਣਾ ਬਾਈ ਆਪਾਂ? ਪੂਲ। ਓਕੇ, ਪੂਲ ਹਰ ਬੋਟ ਵਾਲਾ ਇਹਨਾਂ ਦਾ ਹਲੇ ਤੱਕ ਨਿਪਟਿਆ ਨਹੀਂ ਹੈ ਕੰਮ, ਉਹ ਵੀ ਨਿਬੇੜੂੰਗੇ ਅੱਜ। ਤੇ ਇੱਕ ਉਹ ਕਿਆ ਕਹਿੰਦਾ ਤਾ ਕੱਲ੍ਹ ਰਾਤ, ਕੈਸਲ ਨਿਊ ਕੈਸਲ ਕੈਡਰਿਫ ਦੀ, ਇਹ ਹੱਥਾਂ ਕਿਹੜੇ ਖਾਣੇ ਹੁੰਦੇ ਰਾਮ? ਕੌਣ ਦਊਗਾ? ਉੱਪਰ ਚ ਕੁੜੀਆਂ ਪਹਿਲਾਂ ਤਿਆਰ ਹੁੰਦੀਆਂ ਗਿਆ ਤੇ ਮੁੰਡੇ ਬਾਅਦ ਚ, ਬਸ ਇੱਕ ਭਾਜੀ ਟਾਈਮ ਤੇ ਤਿਆਰ ਹੋ ਜਾਂਦੇ ਆ ਜੋ ਤਿਆਰ ਹੋ ਗਏ ਤੇ। ਯਹਾਂ ਉਲਟਾ ਹੈ ਸਿਸਟਮ, ਥੋੜਾ ਉਲਟਾ ਹੈ। ਹਮ ਮੇਲ ਕੀ ਕੈਟੇਗਰੀ ਮਾ ਜਾਵਾਂ ਕਿਉਂਕਿ ਹਮ ਜਲਦੀ ਤਿਆਰ ਹੋ ਲੈਣਾ। ਮੈਂ ਹਲੇ ਮੇਕਅਪ ਕਰਨਾ, ਬਟ ਮੈਂ ਚਲੋ ਰੈਡੀ ਹੈਗੀ ਆ। ਸਭ ਤੋਂ ਲੇਟ ਕੌਣ ਕਰਾਂਦਾ ਹੈ? ਮਾਸੀ ਮਿਸਟਰ ਸ਼ੁਭੀ ਸਭ ਤੋਂ ਲੇਟ ਸ਼ੁਭੀ ਕਰਾਂਦਾ ਗਾ ਔਰ ਸਭ ਤੋਂ ਲੇਟ ਤੋਂ ਉੱਠਾ ਹੈ। ਸਭ ਤੋਂ ਲੇਟ ਤੋਂ ਤਿਆਰ ਹੋਇਆ, ਸਭ ਤੋਂ ਲੇਟ ਉੱਠਦਾ ਹੀ ਨਹੀਂ ਪਹਿਲੀ ਵਾਰ ਤੋਂ, ਫਿਰ ਸਭ ਤੋਂ ਲੇਟ ਹੋ ਕਾਰ ਮੇ ਬੈਠੇਗਾ, ਫਿਰ ਵੀ ਉਸਕਾ ਕਿਵੇਂ ਨੇ ਕਿਵੇਂ ਸਮਾਨ ਰਹਿ ਜਾਊਗਾ। ਜਾ ਠੀਕ ਹੈ, ਸਹੀ ਹੈ, ਮੈਚ ਵੀ ਹੋ ਗਿਆ। ਤੇ ਹੁਣ ਤੁਹਾਨੂੰ ਨਵੇਂ ਨਵੇਂ ਬੰਦੇ ਦੇਖਣ ਨੂੰ ਮਿਲ ਰਹੇ ਆ। ਇੱਧਰ ਦੇਖੋ, ਰੂਪ ਹੀ ਚੇਂਜ ਕਰਤਾ ਮੁੰਡੇ ਦਾ, ਬਸ ਜੇ ਮਾੜਾ ਜਿਹਾ ਹਾਰ ਪੂਰਾ ਕੱਢ ਦਿੰਦੀ ਗੱਲ ਤੋਂ ਇਹਨੂੰ। ਉਹ ਥੋੜੇ ਲੇਟ ਹੋ ਗਏ, ਕੰਮ ਬੋਕੇ ਹੋ ਗਿਆ। ਇੱਕ ਬੰਦੇ ਨੂੰ ਹੋਰ ਰਹਿ ਗਿਆ ਥਾ, ਇੱਕ ਬੰਦੇ ਨੂੰ ਹੋਰ ਬੁਲਾ ਕੇ ਲੈ। ਰਾਣੇ ਜੀ, ਰਾਣੇ ਜੀ, ਵੈਲਕਮ। ਮੈਂ ਕਿਵੇਂ ਜੀ ਲੱਗਦੀ? ਸਹੀ। ਹਾਂ ਇਹ ਦੇਖੋ, ਇਹ ਦੇਖੋ। ਹਾਂ ਵਾਹ ਵਾਹ ਪਾਜੀ, ਤੁਹਾਡੇ ਤੇ ਆ ਲੁੱਕ ਜ਼ਿਆਦਾ ਸਹੀ ਲੱਗਦੀ ਹੈ ਲੋੜ ਚ। ਮੈਂ ਪੇਟ ਵੀ ਨਹੀਂ ਦਿਖਦਾ ਉਹਦੇ। ਹਾਂ ਉਹ ਪਾਜੀ ਨੇ ਸਹੀ ਹੈ, ਆਜ ਮਦੀ ਦਿਖਦਾ ਨਹੀਂ ਅੱਛੀ ਹੈ। ਹੋਰ ਇਸ ਮਤਲਬ 1 ਇੰਚ ਬੜਾ ਦੋ ਬੈਠ ਕੇ ਜੀ। ਹੁਣ ਆਪਾਂ ਗੱਡੀ ਦੇ ਵਿੱਚ ਤੇ ਸਮਾਨ ਵਗੈਰਾ ਸਭ ਕੁਝ ਪੈਕ ਕਰ ਲਿਆ, ਤੇ ਇੱਧਰ ਰਮਨ ਕਰਨ ਲੱਗੀ ਹੋਈ ਆਪਣਾ ਹਲਕਾ ਫੁਲਕਾ ਮੇਕਅਪ ਕੱਲ ਦੀ ਤਰ੍ਹਾਂ, ਤੇ ਪਿੱਛੇ ਹਿਮਾਂਸ਼ੀ, ਤੇ ਇੱਧਰ ਭਾਬੀ। ਭਾਬੀ ਅੱਛਾ ਹੈ ਟ੍ਰਿਪ? ਠੀਕ ਹੈ, ਕੋਈ ਕਮੀ ਪੇਸ਼ੀ ਤਾਂ ਨਹੀਂ ਆ ਰਹੀ? ਰੱਖ ਦੇ ਪਿੱਛੇ, ਰੱਖ ਦੇ ਜਗ੍ਹਾ ਨਹੀਂ ਹੈ। ਹੈਗੀ 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 ਗੱਡੀ ਮੈਂ ਜੋ ਰੱਖ ਦੇ ਤੇ ਸੈੱਟ ਕਰਕੇ ਲਾ ਦੂਗਾ ਛੁੱਪੀ। ਤੇ ਸਮਾਨ ਸਾਰਾ ਆਲਮੋਸਟ ਡਨ ਹੋ ਗਿਆ, ਰੱਖ ਲਿਆ। ਇੱਕ ਗੇੜਾ ਹੋਰ ਮਾਰ ਰਹੇ ਹਾਂ। ਦੇਖ ਲਓ ਗੱਡੀ ਕਿੱਦਾਂ ਤੂੜੀ ਵਾਂਗ ਭਰੀ ਵੀ ਅਸੀਂ ਆਏ ਥੋੜ੍ਹੇ ਦਿਨ ਬਾਅਦ ਸਹੀ ਹੈ ਪਰ ਗੱਡੀ। ਅਤੇ ਹੁਣ ਆਪਾਂ ਲਾਤੀ ਪਾਰਕਿੰਗ 'ਚ, ਰਾਣੇ ਜੀ ਨੇ ਉੱਧਰ ਲਾਤੀ ਗੱਡੀ, ਹਵਾ ਬਹੁਤ ਚੱਲ ਰਹੀ ਹੈ। ਬਸ ਹੁਣ ਆਪਾਂ ਫਾਲਤੂ ਟਾਈਮ ਵੇਸਟ ਨਹੀਂ ਕਰਦੇ ਹੋਏ ਤਾਂ ਅੱਗੇ ਹੀ ਚੱਲਦੇ ਹਾਂ। ਆਪਾਂ ਆਪਣੀ ਲੋਕੇਸ਼ਨ 'ਤੇ ਇੱਕ ਘੰਟੇ ਦਾ ਆਪਾਂ ਨੂੰ ਟਾਈਮ ਵੀ ਲਿਆ, ਅਤੇ ਲੋਕੇਸ਼ਨ ਇਹ ਹੈ ਫਨ ਪਾਰਕ ਹੈ ਇੱਥੇ, ਵਾਟਰ ਪਾਰਕ, ਜਿਹਦੇ ਵਿੱਚ ਆਪਾਂ ਹੁਣ ਜਾਊਂਗੇ ਅਤੇ ਦੇਖਦੇ ਹਾਂ, ਡਨ ਕਰਦੇ ਹਾਂ। ਚਾਹ ਲੈ ਲਿਆ ਤਾਂ ਇਹਦੀ ਟਿਕਟਾਂ ਪਰਚੇਜ਼ ਕਰ ਲੈਂਦੇ ਹਾਂ। ਰਾਣੇ ਨਹੀਂ ਤਾਂ ਅੱਗੇ ਚਲੇ ਗਏ ਪਰ ਅੱਧ ਖਾਈ ਟਿਕਟਾਂ, ਟਿਕਟਾਂ ਦਿਖਾਈ, ਆਹ ਟਿਕਟਾਂ ਲੈ ਲਈਆਂ ਸੀ ਅਸੀਂ। ਬਟ ਕਿਆ ਇਹ ਜਿਹਨੂੰ ਸਵੀਮਿੰਗ ਨਹੀਂ ਆਉਂਦੀ ਉਹ ਨਹੀਂ ਜਾ ਸਕਦੇ, ਸੋ ਇਹਦਾ ਮਤਲਬ ਕੋਈ ਵੀ ਨਹੀਂ ਜਾ ਸਕਦਾ, ਕੋਈ ਵੀ। ਅਸੀਂ ਤਾਂ ਚੀਂਦਾ ਵੀ ਲੈ ਲੈਣਾ,
ਹੁਣ ਨਾ ਮੇਰੀ ਬਾਤ ਸੁਣੋ, ਹੁਣ ਇਹਨਾਂ ਨੂੰ ਅਸੀਂ ਕਹਿ ਤਾ ਬੋਰਡ ਤੇ ਜਾਣਾ, ਪਰ ਇਹ ਨਾ ਜੀ ਅਸੀਂ ਤਾਂ ਇਹ ਕਰਨਾ ਸੀ ਇਹ ਕਰਨਾ। ਨੀ ਮਸੋ ਨਿਕਲੇ ਸਮੁੰਦਰ ਚੋਂ, ਜਾਓ ਲੈ ਆਓ, ਜਾਂਦੇ ਨੀ ਆਪਾਂ ਤਾਂ ਆਪਣੀ ਗੱਡੀ ਦੇ ਕੋਲ ਵਾਪਸੀ, ਕਿਉਂਕਿ ਹੁਣ ਜਾਣਾ ਆਪਾਂ ਅੱਗੇ ਨੂੰ ਬੋਟਿੰਗ ਵਗੈਰਾ ਦੇਖਦੇ ਜਿਵੇਂ ਹੋਇਆ ਕੁਛ ਅਤੇ ਜਾਂ ਕੁਛ ਹੋਰ ਦੇਖਦੇ ਹਾਂ। ਕੈਸਲ ਦੇਖਣਾ ਇੱਕ ਤਾਂ ਮੇਨ ਚੀਜ਼ ਹੈ ਜਿਹੜੀ, ਅਤੇ ਗੱਡੀ ਆਪਾਂ ਇੱਧਰ ਖੜਾਈ ਹੋਈ ਸੀ ਅਤੇ ਅੱਜ ਇਹਦਾ 4x4 ਲਾ ਕੇ ਵੀ ਥੋੜ੍ਹਾ ਜਿਹਾ ਗਾਹ ਪਵਾਇਆ ਗੱਡੀ ਦਾ। ਬਸ ਚਾਬੀ ਹੈ ਜਿਹੜੀ ਛੁੱਪੀ ਕੋਲ ਹੈ, ਛੁੱਪੀ ਨੇ ਪਿੱਛੇ ਆ ਰਹੇ ਹਾਂ ਸਾਰੀ ਟੀਮ ਸਾਡੀ, ਅਸੀਂ 5 ਜਣੇ ਆਏ, ਬਾਕੀ ਉੱਥੇ ਹੈ। ਉਹ ਕਹਿ ਰਹੇ ਵੀ ਅਸੀਂ ਤਾਂ ਪਾਣੀ ਵਾਲਾ ਕਰਨਾ ਹੈ, ਪਰ ਆਪਾਂ ਗਿਆ ਹੋਏ ਨਾ ਬਾਈ, ਆਪਾਂ ਨੂੰ ਨਹੀਂ ਆਉਂਦਾ ਤੈਰਨਾ ਤੁਰਨਾ। ਹੈ ਵਾਰੀ ਆ ਗਈ ਜੀ ਕੁਲਫੀਆਂ ਦੀ, ਹੁਣ ਕੁਲਫੀਆਂ ਨੂੰ ਕਿਹੜੇ ਦਊਂਗੇ, ਆਹ ਮੇਰੀ ਹੈ ਨਾ ਬਾਈ, ਆਹ ਲੈ ਲਈ ਮੈਂ ਆਪਣੇ, ਹਾਂ ਦੇਖਿਆ ਫਿਰ ਮੇਰੀ ਚੀਜ਼ ਨੂੰ ਲਾਈ ਕਰੇ। ਬਸ ਹੋਰ ਕਿਹੜਾ ਰਹਿ ਗਿਆ ਬਾਈ, ਰਹਿ ਗਿਆ ਕੈਡਰੀਫ ਦਾ, ਬਹੁਤ ਹੀ ਜ਼ਿਆਦਾ ਸੋਹਣਾ ਮਾਹੌਲ। ਮੈਂ ਤਾਂ ਇਹਦੇ 'ਤੇ ਵੀ ਜਾਣਾ, ਇਹ ਮੇਰਾ ਤਾਂ ਪੱਕਾ ਮਨ ਹੈ, 110% ਮੈਂ ਜਾਊਂਗਾ ਹੀ ਜਾਊਂਗਾ। ਅਤੇ ਉਹ ਤੋਂ ਬਾਅਦ ਬੋਟਸ 'ਤੇ ਵੀ ਦੇਖਦੇ ਹਾਂ ਜੀ, ਇਹਨਾਂ ਨੇ ਦੇਈ ਮਤਲਬ ਅਲੋ ਕਰਿਆ, ਵੈਸੇ ਤਾਂ ਕਰੇ ਦਊਂਗੇ ਆਈ ਥਿੰਕ ਸੋ, ਬਾਕੀ ਹੁਣ ਅੱਗੇ ਜਾ ਕੇ ਦੇਖਦੇ ਹਾਂ। ਮਾਹੌਲ ਤਾਂ ਆਪਣਾ ਇਹੀ ਬਣ ਗਿਆ ਕਿ ਹੁਣ ਆਪਾਂ ਇਹ ਲੈਣਾ ਹੈ, ਅਤੇ ਇੱਧਰ ਦੇਖੋ ਕਿੰਨਾ ਸੋਹਣਾ, ਬਹੁਤ ਸੋਹਣਾ ਬਣਿਆ ਹੋਇਆ ਹੈ ਕੈਡਰੀਫ, ਬਹੁਤ ਸੋਹਣਾ ਹੈ। ਸਕੋਟਲੈਂਡ ਮੈਨੂੰ ਥੋੜ੍ਹਾ ਜ਼ਿਆਦਾ ਸੋਹਣਾ ਲੱਗਿਆ, ਬਾਕੀ ਡਿਪੈਂਡ ਕਰਦਾ ਹਰ ਇੱਕ ਦੀ ਆਪਣੀ ਆਪਣੀ ਚੁਆਇਸ 'ਤੇ। ਅਤੇ ਹੁਣ ਆਪਾਂ ਇੱਥੇ ਬੈਠਣਾ ਹੈ, ਅਤੇ ਹੁਣ ਬਣ ਗਿਆ ਮੂਡ, ਨਾਲ ਚੱਲ ਰਹੀ ਹੈ ਆਈਸਕ੍ਰੀਮ, ਪਿਆਰਾ ਜਿਹਾ ਵਿਊ, ਬਹੁਤ ਸੋਹਣਾ। ਅਤੇ ਇੱਧਰ ਫਨ ਹਾਊਸ ਲੱਗਿਆ ਹੋਇਆ, ਮੇਲਾ ਲੱਗਿਆ ਹੋਇਆ ਗਿਆ ਹੋਇਆ, ਹਾਂ ਪਹਿਲਾਂ ਇਹਨੂੰ ਦੇਖਦੇ ਹਾਂ, ਬਾਅਦ 'ਚ ਇਹਨੂੰ ਦੇਖਦੇ ਮੇਲੇ ਨੂੰ। ਚੜ੍ਹ ਗਏ ਆਪਾਂ ਉੱਤੇ, ਬਹੁਤ ਪਿਆਰਾ ਵਿਊ, ਬੈਸਟ ਲੋਕੇਸ਼ਨ ਹੈ ਜੀ ਕੈਡਰੀਫ ਦੀ ਜਿਹੜੀ ਆਪਾਂ ਨੂੰ ਦੇਖਣ ਨੂੰ ਹੁਣ ਮਿਲੂਗੀ। ਇੱਧਰ ਸੁਮਿਤ ਬਾਈ ਆਪਣੀਆਂ ਸਟੋਰੀਆਂ ਸਿੱਟਣ ਲੱਗੇ ਹੋਏ ਨੇ, ਛੁੱਬੀ ਬਾਈ ਆਈਸਕ੍ਰੀਮ ਦਾ ਪੂਰਾ ਆਨੰਦ ਲੈਂਦੇ ਹੋਏ, ਕਿਉਂ ਛੁੱਬੀ ਆ ਗਿਆ, ਨਿਕਲ ਗਿਆ ਕੰਮ ਸਿਰਾ ਹੋ ਗਿਆ ਇਹ ਜੀ, ਵਾਓ ਘੈਂਟ ਹੈ ਨਾ, ਦੇਖਿਆ ਫਿਰ ਆਹ ਦੇਖੋ ਜੀ ਸਮੁੰਦਰ ਵਾਲਾ ਵਿਊ, ਸਿਰੇ ਵਾਲਾ, ਇੱਧਰ ਸਮੁੰਦਰ ਬੋਟਿੰਗ, ਤੇਰੀ ਵੀ ਬਣਾ ਦਿੰਦੇ ਭਾਈ ਜੀ, ਕਿਉਂ ਟੈਨਸ਼ਨ ਲੈਂਦੇ ਆ। ਪਹੁੰਚ ਗਏ ਟੌਪ ਤੇ, ਬਾਈ ਨੇ ਰੋਕ ਤੇ ਉੱਪਰ, ਬੜਾ ਹੋਣਾ ਕੰਮ, ਪਾਰਲੀਮੈਂਟ ਸੁੱਬੀ ਦੀ ਹੈ ਬਾਈ, ਜਿੱਥੇ ਸੁੱਬੀ ਰਾਜ ਕਰਦਾ ਬੈਠ ਕੇ, ਬਹੁਤ ਸੋਹਣਾ ਬਾਈ। ਤੇ ਇੱਧਰ ਛੋਟੇ ਛੋਟੇ ਬੱਚੇ ਆਪਣੇ ਗੇਮਸ ਖੇਡ ਰਹੇ ਹੈ, ਹੁਣੇ ਜਿਹੜਾ ਆਪਾਂ ਐਕਟੀਵਿਟੀ ਕਰਕੇ ਆਏ, ਹੁਣ ਅਗਲੀ ਐਕਟੀਵਿਟੀ ਆਪਾਂ ਜਾ ਰਹੇ ਹਾਂ, ਅਤੇ ਚਲੀਏ ਫਿਰ ਇਹਦੇ ਅਪੋਜ਼ਿਟ ਸਾਈਡ ਹੈ ਕੈਡਰੀਫ ਦੇ ਮੇਨ ਜਿਹੜਾ ਆਹ ਸਟਰੀਟ ਹੈ, ਅਤੇ ਇਹਦੇ ਬਿਲਕੁਲ ਅਪੋਜ਼ਿਟ ਸਾਈਡ ਹੈ ਜਿਹੜੀ ਬੋਟ ਰਾਈਡ ਮਿਲਦੀ ਹੈ, 20 ਮਿੰਟ ਦਾ ਬੋਟ ਰਾਈਡ ਦਾ ਟ੍ਰਿਪ ਮਿਲਦਾ ਹੈ। ਅਤੇ ਰੇਟ ਮੈਂ ਤੁਹਾਨੂੰ ਹੁਣੇ ਪਤਾ ਕਰਕੇ ਦੱਸ ਦਿੰਦਾ, ਮੈਨੂੰ ਇੰਨੀ ਨੌਲੇਜ ਨਹੀਂ ਹੈ ਇਸ ਬਾਰੇ। ਅਤੇ ਖੜੀਆਂ ਆਪਣੀਆਂ ਬੋਟ, ਹੁਣ ਵੈਸੇ ਤਾਂ ਮੇਰਾ ਮਨ ਹੈਗਾ ਇਹ ਇਹਨਾਂ 'ਚ ਜਾਣ ਦਾ, ਉਹ ਖੜੀ ਹੈ ਜਿਹੜੀ, ਕਿਉਂਕਿ ਇਹ ਮੈਂ ਨਾਰਕੋਸ ਫਿਲਮ 'ਚ ਬਹੁਤ ਦੇਖੀ ਹਾਂ। ਹੁਣ ਦੇਖਦੇ ਪ੍ਰਾਈਜ਼ ਪਤਾ ਕਰਦੇ ਇਹਨਾਂ ਤੋਂ। ਐਂਟਰੀ ਬੋਟ 'ਤੇ, ਅਤੇ ਆਹ ਲਈ ਆਪਾਂ ਲੇਡੀ ਹੇਲ ਹੈਲਨ, ਲੇਡੀ ਹੈਲਨ, ਅਤੇ ਕਿਉਂ ਮੰਨਦੇ ਹੋ ਘੈਂਟ ਹੈ ਨਾ ਚੀਜ਼, ਹੁਣ ਇਹ ਚਲਾਉਂਦੇ ਹਾਂ। ਆਪਾਂ ਬੋਟ 'ਤੇ ਆਪਣੀ 'ਤੇ ਬੈਠ ਗਏ ਸਾਰੇ ਜਣੇ, ਵੇਲਸ ਦਾ ਝੰਡਾ, ਹਾਂਜੀ ਐਕਸਾਈਟਡ, ਐਕਸਾਈਟਡ ਫੁੱਲ ਮਜ਼ੇ। ਅਤੇ ਹੁਣ ਚੱਲੂਗੀ ਬੋਟ, ਅਤੀ ਝੰਡੀ ਬਾਈ ਨੇ, ਅਤੇ ਹੁਣ ਕਰਤੀ ਰੱਬ ਕਿੱਧਰ ਨੂੰ, ਸਮੁੰਦਰ ਏ ਸਮੁੰਦਰ ਦਿਖਣਾ ਹੁਣ ਆਪਾਂ ਨੂੰ ਥੋੜ੍ਹੇ ਟਾਈਮ ਤੱਕ। ਇਹ ਪਹਿਲਾਂ ਬੋਟ ਆਈ ਹੈ ਇੱਕ, ਆਪਾਂ ਆਪਣੀ ਕਿਸ਼ਤੀ
ਜਾਂਦੀ ਸ਼ੂਕਦੀ ਪੜਦੀ ਪਰੋਟੇ ਇੱਧਰ ਆਪਣੇ ਬੰਦੇ ਪੂਰੇ ਚਿੱਲ ਕਰਦੇ ਆ ਕਿਉਂ ਮਾਹੌਲ ਹੈ ਇੱਕ ਨੰਬਰ ਮਾਹੌਲ ਹੋਇਆ ਪਿਆ ਕਹਿੰਦੇ ਤੇ ਆਪਾਂ ਪਹਿਲਾਂ ਉੱਥੋਂ ਆਏ ਹਾਂ ਜਿੱਥੇ ਉਹ ਰਾਣਾ ਜੀ ਉਹਨਾਂ ਨੇ ਪਾਰਕ ਕਰਿਆ ਮਤਲਬ ਉੱਥੇ ਘੁੰਮੇ ਫਿਰੇ ਉਹ ਤੇ ਬਾਕੀ ਹਲਕਾ ਹਲਕਾ ਪਾਣੀ ਉੱਪਰ ਉੱਡਦਾ ਜਾ ਰਿਹਾ ਆਪਾਂ ਹੁਣ ਕਰ ਲਏ ਕੱਪੜੇ ਚੇਂਜ ਤੇ ਲੱਗ ਰਿਹਾ ਐਕਟੀਵਿਟੀ ਕਰਨ ਤੇ ਲੱਗ ਰਹੇ ਟਿਚਕ ਵਿਚਕ ਪੁਰਾਣੇ ਕੱਪੜੇ ਕੋਈ ਚੱਕਰ ਨਹੀਂ ਤੇ ਹੁਣ ਅਸੀਂ ਤਾਂ ਆਪਣੀ ਤੁਹਾਨੂੰ ਜਿੱਦਾਂ ਪਤਾ ਹੀ ਹੈ ਕਿ ਬੋਟ ਰਾਈਡਿੰਗ ਵਗੈਰਾ ਅਸੀਂ ਸਾਰਾ ਕੁਛ ਕਰ ਲਿਆ ਤੇ ਹੁਣ ਮੈਂ ਅਰਸ਼ੂ ਵੀ ਪਾਉਂਗੇ ਰੰਗਵਾਂ ਭੰਗ ਕਿਉਂਕਿ ਰਾਣੇ ਦਾ ਨੇ ਕਰਨਾ ਇਹ ਬੋਟ ਰਾਈਡਿੰਗ ਤੇ ਆਪਾਂ ਕਹਿਣਾ ਵੀ ਅਸੀਂ ਵੀ ਕਰੂੰਗੇ ਆਪ ਤਾਂ ਅਸੀਂ ਫੋਟਾ ਵਧੀਆ ਖਿੱਚ ਲਈਆਂ ਹੁਣ ਕਿਸੇ ਹੋਰ ਨੂੰ ਨਹੀਂ ਖਿੱਚਣ ਦੇਣੀਆਂ ਗਰਾਰੀਆਂ ਜੱਟਾਂ ਦੀਆਂ ਗਰਾਰੀਆਂ ਜੱਟਾਂ ਦੀਆਂ ਤੁਸੀਂ ਸਾਂਭ ਸਕਦੇ ਹੈ ਚਾਰ ਰਮ ਛੇਤੀ ਚੱਲ ਰਾਣੇ ਨੀ ਬੋਟ ਤੇ ਚੱਲੇ ਤੇ ਆਪਾਂ ਉੱਧਰ ਰੰਗ ਚ ਭੰਗ ਪਾਣਾ ਹੀ ਪਾਣਾ ਠੀਕ ਹੈ ਆਪਾਂ ਆਪਣੀਆਂ ਫੋਟੋਆਂ ਤਾਂ ਖਿੱਚ ਲਈਆਂ ਇਹਨਾਂ ਨੂੰ ਕਿਸੇ ਨੂੰ ਖਿੱਚਣ ਦੇਣੀਆਂ ਪਤਾ ਕਿਆ ਕਹਿਣਾ ਵੀ ਫੋਨ ਚਲਾਉਣਾ ਹੈ ਤੁਸੀਂ ਉਰੇ ਹਾਂ ਆਪਣੀਆਂ ਫੋਟੋਆਂ ਹੋ ਗਈਆਂ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਅਸੀਂ ਤਾਂ ਚੇਂਜ ਵੀ ਕਰਿਆ ਇਹ ਦੇਖਿਆ ਫਿਰ ਗੱਲਾਂ ਬਾਤਾਂ ਐਂਡ ਹੈ ਇਹਨਾਂ ਦੋਵਾਂ ਨੂੰ ਸਪੀਡ ਸਵੀਮਿੰਗ ਆਉਂਦੀ ਹੈ ਨਾ ਰਾਣਾ ਜੀ ਨੂੰ ਹਾਰੇ ਨੂੰ ਤੇ ਮੈਨੂੰ ਐਂ ਦੱਸੋ ਬੰਸ ਬੰਸ ਆਇਆ ਮਮ ਇੱਕ ਸਲਾਈਡ ਪਤਾ ਨਹੀਂ ਚੱਗੀ ਨਾ ਮੈਂ ਨਾ ਦਿਖਾ ਵਹਾਂ ਗਹਿਰਾ ਮਗਰ ਬੰਸ ਕੁੱਦਾ ਨਹੀਂ ਵਹਾਂ ਨੇ ਗਹਿਰਾ ਬੰਸ ਡਰ ਕੇ ਮਾਰੇ ਬਾਹਰ ਹੀ ਜਾ ਗਿਆ ਉਸ ਦੇ ਨਾ ਵੇ ਜੋਨ ਸੇ ਇੰਸਟਰਕਟਰ ਤੇ ਵੇ ਬੋਟ ਮ ਲੈਣ ਆ ਇਹਨੂੰ ਵਾਪਸ ਆ ਜਾ ਇਸ ਪਰ ਤੈਰਨ ਚ ਰਿਆ ਇਹਨਾਂ ਲੈ ਕੇ ਫਿਰ ਧੱਕੇ ਦੇਵੇ ਫਿਰ ਮਮ ਕੰਟਰੈਕਟ ਸਾਈਨ ਕਰਕਾਏ ਵੇ ਮਾਰ ਜ਼ਿੰਮੇਵਾਰੀ ਬਜਾ ਰਿਆ ਉਹ ਕੰਟਰੈਕਟ ਉਸ ਟਾਈਮ ਤੋਂ ਸਾਈਨ ਨਹੀਂ ਕਰਵਾਇਆ ਨਾ ਮੈਂ ਤੇਰਾ ਆਲਰੇਡੀ ਕਰਤਾ ਦਾ ਹਾਂ ਅਸੀਂ ਰਿਫੰਡ ਲੈ ਕੇ ਆਏ ਨਾ ਓਹੋ ਮੇਰਾ ਹੋ ਗਿਆ ਤਾਂ ਰਾਣੇ ਕਾ ਨਹੀਂ ਤਾਂ ਜਦੀ ਮੈਂ ਸੀਟੀਆਂ ਮਾਰ ਰਹੇ ਸੀ ਇਸ ਕੇ ਕੰਨ ਹਾਂ ਮੇਰਾ ਤੇਰਾ ਕੰਟਰੈਕਟ ਮੈਂ ਸਾਈਨ ਕਰਕੇ ਆਇਆ ਮੈਨੂੰ ਬਾ ਠੀਕ ਹੈ ਠੀਕ ਹੈ ਸਾਰੀ ਸਾਰੀ ਗੇਮ ਖੇਡ ਗਿਆ ਤੁਸੀਂ ਨਹੀਂ ਗੇਮ ਮਾਰ ਨਹੀਂ ਆਪਾਂ ਟਾਈਪਾ ਮਾਰ ਰਹੇ ਸੀ ਆਪਾਂ ਟਾਈਏ ਮਾਰ ਰਹੇ ਉਸ ਮੈਚ ਦੇ ਜੱਕੇ ਪਾਣੀ ਵਿੱਚ ਅੱਛਾ ਹਾਂ ਉਸ ਨੂੰ ਵੈਰੀ ਗੁੱਡ ਐਕਟੀਵਿਟੀ ਕੀ ਸੀ ਉਸ ਮੈਂ ਐਕਟੀਵਿਟੀ ਮਤਲਬ ਜੋ ਸਾਰਾ ਉਹ ਬਣਾਇਆ ਹੋਇਆ ਤੇ ਉਹ ਸਾਰਾ ਕੀ ਆ ਖੇਲਣਾ ਸੀ ਪਰ ਇਤਨਾ ਸਾਰ ਨਹੀਂ ਦੋ ਉਸ ਵਿੱਚ ਜਾਵਾਂ ਮਤਲਬ ਪਾਣੀ ਉਸ ਮਾਫੀ ਚੱਲ ਚੱਲ ਜਾ ਬੰਦਾ ਪਿਛਲ ਕੇ ਪਾਣੀ ਵਿੱਚ ਗਿਰੇਗਾ ਤੇ ਤੁਸੀਂ ਕਿੱਦਾਂ ਆਪਣੇ ਆਪ ਨੂੰ ਚਲੀਏ ਫਿਰ ਅੱਗੇ ਨੂੰ ਤੇ ਹੁਣ ਕੀ ਹੋਇਆ ਅਸੀਂ ਸੈਲਫ ਡਰਾਈਵ ਵਾਲੀ ਬੋਟ ਲਈ ਹੈ ਤੇ ਇੱਕ ਦਾ ਡਰਾਈਵਰ ਮੈਂ ਮੁੰਡਾ ਮਾਸੀ ਦਾ ਚਲਾਉਂਦਾ ਨਹੀਂ ਤੇ ਇੱਕ ਨੂੰ ਭੁੱਖ ਪਈ ਹੋਈ ਹੈ ਤੇ ਕਿਸੇ ਨੂੰ ਖਾਣੇ ਨੂੰ ਦੇ ਰਿਹਾ ਉਹ ਤੇ ਇੱਕ ਡਰਾਈਵਰ ਹੈਗਾ ਰਾਣਾ ਜੀ ਤੇ ਬਸ ਹੁਣ ਚੱਲਦੇ ਹਾਂ ਅੱਗੇ ਦੇਖਦੇ ਹਾਂ ਕੀ ਪ੍ਰੋਗਰਾਮ ਹੈ ਰਾਣਾ ਜੀ ਇਹਨਾਂ ਦੇ ਤੇ ਸਾਰਿਆਂ ਦੇ 50-50 ਪਾਉਂਡ ਪਵਾ ਲਈ ਠੀਕ ਹੈ ਹਾਂ ਕਹਿੰਦੇ ਇੰਸ਼ੋਰੈਂਸ ਕਰ ਰਹੇ ਤੁਹਾਡੀ ਫਟਾਫਟ ਇੰਸ਼ੋਰੈਂਸ ਕਰ ਦੇ ਇਹਨਾਂ ਦੀ ਸਾਰਿਆਂ ਦੀ ਠੀਕ ਨਹੀਂ ਹੈ ਇਕੱਲੇ ਇਕੱਲੇ ਕੀ ਇੰਸ਼ੋਰੈਂਸ ਕਰ ਦੇ ਲਓ ਜੀ ਪਹੁੰਚ ਗਏ ਆਪਾਂ ਇੱਕ ਹੋਰ ਲੋਕੇਸ਼ਨ 'ਤੇ ਹਲੇ ਆਪਣੀ 3:15 ਤੇ ਹੈ ਅਤੇ ਹੁਣ ਆਪਾਂ ਕੁਛ ਖਾਣੇ ਪੀਣੇ ਹੈ ਚਲੋ ਲਓ ਭਾਈ ਆ ਜਾਓ ਖਾਣੇ ਪੀਣੇ ਲੈਂਦੇ ਕੁਛ ਦੇਖੋ ਲੋਕੇਸ਼ਨ ਕਿੰਨੀ ਪਿਆਰੀ ਹੈ ਹੁਣ ਕਰਾਏ ਆਪਾਂ ਚੌਲ ਅਤੇ ਪਾਸਤਾ ਗਰੀਕਸ ਵਾਲਿਆਂ ਦੇ ਬੈਠੇ ਹਾਂ ਅਤੇ ਬਸ ਹੁਣ ਖਾਂਦੇ ਹਾਂ ਅਤੇ 3:15 ਵਾ ਸਾਡੀ ਬੋਟ ਹੈ ਬਸ ਫਿਰ ਬੋਟ ਕਿੱਧਰ ਨੂੰ ਹੁੰਦੇ ਹਾਂ ਵੀ ਦਿਨ 10-12 ਮਿੰਟ ਦੇ ਵਿੱਚ ਅਸੀਂ ਸਾਰਾ ਕੁਛ ਖਾ ਪੀ ਕੇ ਹੋ ਗਏ ਫ੍ਰੀ ਫ੍ਰੀ ਦਾ ਮਤਲਬ ਇਹ ਹੈ ਕਿ ਹੁਣ ਆਪਾਂ ਜਾ ਰਹੇ ਹਾਂ ਆਪਣੀ ਬੋਟ ਕਿੱਧਰ ਨੂੰ ਜਿਹੜੀ ਕਿ ਸੈਲਫ ਡਰਾਈਵ ਹੈ ਥੋੜ੍ਹਾ ਜਿਹਾ ਮੇਰੇ ਦਾੜੀ ਦੇ ਹੇਠਾਂ ਵਾਲੇ ਵਾਲ ਇਗਨੋਰ ਕਰਿਓ ਆਪਾਂ ਤਾਂ ਨਹੀਂ ਕਿਉਂ ਅੱਜ ਉੱਡ ਰਹੇ ਹਾਂ ਅਸਮਾਨ 'ਚ ਕਟਿੰਗ ਕਰਾਉਣ ਦੀ ਹੋਈ ਵੀ ਹੈ ਕਿਉਂਕਿ ਇਹ ਟ੍ਰਿਪ ਤੁਹਾਨੂੰ ਪਤਾ ਹੀ ਹੈ ਪਲੈਨਡ ਨਹੀਂ ਸੀਗਾ ਇਹ ਇੱਦਾਂ ਹੀ ਆਇਆ ਹੋਇਆ ਹੈ ਪੂਰਾ ਵਧੀਆ ਭਰ ਗਿਆ ਪਿਆਰਾ ਜਿਹਾ ਵਿਊ ਜਿਹੜਾ ਕਿ ਕਦੇ ਖਤਮ ਨਹੀਂ ਹੋ ਸਕਦਾ ਯੂਕੇ ਦੀ ਧਰਤੀ ਤੇ ਕਿਉਂਕਿ ਯੂਕੇ ਸਭ ਤੋਂ ਜ਼ਿਆਦਾ ਸੋਹਣਾ ਹੈ ਤੇ ਇਹ ਖੂਬਸੂਰਤੀ ਤੁਸੀਂ ਰੀਲਸ ਦੀ ਦੇਖ ਰਹੇ ਇਸ ਟਾਈਮ
ਇੱਧਰ ਤੋਂ ਵੀ ਜਾਂਦੀ ਹੋਣੀ ਬੱਸ ਬੁੱਸ ਆ ਕਾਫੀ ਓਕੇ ਕਾਫੀ ਪੀਣੀ ਹੈ ਜੇ ਕਿਸੇ ਨੇ ਤਾਂ ਲਾਈਨ 'ਚ ਲੱਗੋ ਅਤੇ ਟੇਬਲ ਖਾਲੀ ਹੋਣ ਦਾ ਇੰਤਜ਼ਾਰ ਕਰੋ ਅਤੇ ਬੈਠੋ ਆਪਣਾ। ਸੋ ਸਾਡੀ ਸਾਰੀ ਟੀਮ ਨੇ ਪਾ ਲਈ ਹੈ ਲਾਈਫ ਜੈਕਟ ਸੋਰੀ ਲਾਲ ਰੰਗ ਦੀ ਅਤੇ ਆਪਾਂ ਵੀ ਇੱਧਰ ਪਾ ਕੇ ਪੂਰਾ ਤਿਆਰ ਸ਼ਿਆਰ ਹੋ ਗਏ ਅਤੇ ਰਾਣਾ ਜੀ ਉਹਨੇ ਮੁੜ ਵੀ ਆਏ ਅਤੇ ਬਸ ਹੁਣ ਆਪਣੀ ਵਾਰੀ ਹੈ ਡਰਾਈਵ ਦੀ ਅਤੇ ਦੇਖਦੇ ਹਾਂ। ਰਾਣਾ ਜੀ ਉਹਨਾਂ ਨੂੰ ਤਾਂ ਇਹ ਪਾਰਕ ਨਹੀਂ ਲਾਉਣੀ ਆ ਰਹੀ, ਚਲਾਉਣੀ ਨਹੀਂ ਆ ਰਹੀ ਹੈ ਉਹ ਹੋਰਾਂ ਵੀ ਕਹਿ ਰਿਹਾ ਵੀ ਇਹਨਾਂ ਨੂੰ ਤਾਂ ਚਲਾਉਣੀ ਨਹੀਂ ਆ ਰਹੀ ਹੈ ਪਰ ਆਪਾਂ ਇਹ ਜਗ੍ਹਾ ਨਹੀਂ ਕਰੂੰਗੇ। ਉਮੀਦ ਹੈ ਅਤੇ ਇੱਧਰ ਅਸੀਂ ਪਾ ਰਹੀ ਹੈ ਅਤੇ ਆਪਣੀ ਚਲਾਉਂਗੇ ਹੁਣ ਉਹ ਜਾ ਰਹੇ ਹਾਂ ਦੌੜ ਲਾਵਾਂ ਤੇ ਮਾਰੀ ਗਿੱਲ ਰੇਸ ਲਾਵਾਂ ਤੇ ਫਾਂਸਲਾ ਪੈ ਰਹੀ ਆ ਫਾਂਸਲਾ ਬਾਪੂ ਦੇ 22 ਲੱਖ ਹੈ ਬਾਪੂ ਤੋਂ 22 ਲੱਖ ਯਹਾਂ ਪੂਰੇ ਹੋ ਪੈਸੇ ਕਾ 22 ਲੱਖ ਰੁਪਏ ਤੇ ਆਪਾਂ ਹੁਣ ਪਹੁੰਚ ਗਏ ਜੀ ਲਿੰਕਨ ਕੈਜ਼ਲ ਕਹਿ ਰਹੇ ਹਾਂ ਸੋਰੀ ਕੈਡਰਿਫ ਕੈਜ਼ਲ ਦੇ ਬਿਲਕੁਲ ਬਾਹਰ ਅਤੇ ਰਾਣਾ ਜੀ ਦੀ ਅੱਜ ਲੁੱਕ ਦੇ ਕਮੈਂਟ ਕਰ ਦਿਓ ਕਹਿੰਦੇ ਰਾਣਾ ਜੀ ਆਏ ਲਿਖ ਦਿਓ ਲੁੱਕ ਘੈਂਟ ਹੈ ਉਹ ਦੇਖੋ ਲੁੱਕ ਚੇਂਜ ਕਰ ਰਹੇ ਹੈ ਲਓ ਜੀ ਰਾਣਾ ਜੀ ਲੁੱਕ ਚੇਂਜ ਕਰ ਰਹੇ ਹੈ ਆਹ ਦੇਖੋ ਰਮਨ ਨੇ ਲੇਸ ਮਕਾਣੇ ਪੈ ਲੱਗੀ ਵੀ ਇੱਧਰ ਅਤੇ ਹੁਣ ਆਪਾਂ ਪਹੁੰਚ ਗਏ ਉਰੇ ਦੇ ਕੈਜ਼ਲ 'ਤੇ ਅਤੇ ਉਹ ਦੇਖਦੇ ਹਾਂ ਅਤੇ ਤੁਹਾਨੂੰ ਨਾਲ ਘੁਮਾਉਂਦੇ ਹਾਂ ਆਪਣੇ ਅਤੇ ਬਾਕੀ ਅੱਜ ਦਾ ਪ੍ਰੋਗਰਾਮ ਇਹ ਹੈ ਕਿ ਇਹ ਤੋਂ ਬਾਅਦ ਅਸੀਂ ਘਰੇ ਨਿਕਲ ਜਾਣਾ ਬਟ ਰਾਣਾ ਜੀ ਕਹਿ ਕੀ ਕਹਿ ਰਹੇ ਹਾਂ ਉਹ ਥੋੜ੍ਹਾ ਤੁਹਾਨੂੰ ਹੁਣੇ ਸੁਣਾ ਦਿੰਦਾ ਮੈਂ ਰਾਣਾ ਜੀ ਕਹਿ ਰਹੇ ਹਾਂ ਰਾਣਾ ਜੀ ਫਿਰ ਘਰੇ ਫਿਰ ਹੁਣ ਖਿੱਚਦੇ ਨਹੀਂ ਗੱਡੀ ਜੇ ਲੋਕੇਸ਼ਨ ਵਧੀਆ ਨਹੀਂ ਹੋਈ ਜੇ ਲੋਕੇਸ਼ਨ ਵਧੀਆ ਨਹੀਂ ਹੋਈ ਤਾਂ ਅਤੇ ਗੱਡੀ ਜੋ ਹੈ ਘਰੇ ਖਿੱਚਦੇ ਨੇ ਓਕੇ ਜੇ ਵਧੀਆ ਹੋਈ ਫਿਰ ਸੋਚਦੇ ਆਪਾਂ ਤੇ ਤੁਸੀਂ ਸਮਝ ਸਕਦੇ ਹਾਂ ਸੋਚਦੇ ਦਾ ਮਤਲਬ ਤਾਂ ਇਹੀ ਹੁੰਦਾ ਕਿਉਂਕਿ ਜਿਹੜੇ ਕੰਟਰੀ 'ਚ ਆਪਾਂ ਖੜੇ ਹਾਂ ਜਿਹੜੇ ਸ਼ਹਿਰਾਂ 'ਚ ਅਸੀਂ ਖੜੇ ਹਾਂ ਇਸ ਟਾਈਮ ਵੇਲਸ ਦੇ ਅਤੇ ਇੱਥੇ ਕੁਛ ਚੀਜ਼ ਮਾੜੀ ਹੋ ਨਹੀਂ ਸਕਦੀ ਅਤੇ ਘੱਟ ਖਾ ਲੈ ਅਤੇ ਆਹ ਗੱਡੀ ਦਾ ਨੰਬਰ RKK ਤਾਂ ਲਿਆ ਹੋਇਆ ਰਮਨ ਕੌਰ ਕੌਰ ਕਿਉਂਕਿ ਇਹਦੇ ਪਾਸਪੋਰਟ 'ਤੇ ਰਮਨ ਕੌਰ ਕੌਰ ਹੈ ਰਮਨਦੀਪ ਕੌਰ ਕੌਰ ਅਤੇ ਤਾਂ ਕਰਕੇ ਇਹ ਲਿਆ ਹੋਇਆ ਹੈ RKK ਇਹਦਾ ਇਤਿਹਾਸ ਪਤਾ ਨਹੀਂ ਨਾ ਦੱਸ ਤੇ ਆ ਕੀ ਹਾਲ ਚਾਲ ਦੋਸਤੋ ਤਿੰਨੇ ਤਰ੍ਹਾਂ ਤਰ੍ਹਾਂ ਉਹ ਰਮਨ ਅਤੇ ਬਸ ਹੁਣ ਆਪਾਂ ਅੱਗੇ ਚੱਲਦੇ ਹਾਂ ਅਤੇ ਮਿਲਦੇ ਹਾਂ ਸਾਰੀ ਟੀਮ ਨੂੰ ਕੱਢਦਾ ਬਾਹਰ ਹੌਲੀ ਹੌਲੀ ਇਹ ਤਾਂ ਪਊਗੀ ਜਲਦੀ ਜਲਦੀ ਕਰਕੇ ਬਟਨੇ ਉੱਪਰ ਨੀਚੇ ਕਰਦੇ ਲੋਕਾਂ ਦੇ ਤਾਂ ਯਾਰ ਹੁੰਦੇ ਨੇ ਸਾਡੀ ਤਾਂ ਆਈਟਮਾਂ ਨੇ ਟੁੰਮਾ ਅਤੇ ਭਾਬੀ ਵੀ ਜਾ ਰਹੇ ਹੈ ਅਤੇ ਬਾਕੀ ਜਿਹੜੇ ਮੈਂ ਇੱਕ ਹੋਰ ਐਲਾਨ ਕਰਿਆ ਰਾਣਾ ਜੀ ਨੂੰ ਦੀ ਕੰਪਨੀ ਨੂੰ ਪਿਆ ਹੋਇਆ ਘਾਟਾ
ਰਾਣਾ ਜੀ ਕੀ ਮਹਿਸੂਸ ਕਰ ਰਹੇ ਹੋ ਹੁਣ? ਚੱਲ ਸਕਦਾ ਮੇਰੇ ਹਿਸਾਬ ਨਾਲ, ਆਪਾਂ ਦੇਖ ਸਕਦੇ ਇਹਨੂੰ, ਫ੍ਰੀ ਹੋਇਆ ਲੱਗਦਾ ਮੈਨੂੰ, ਬਾਕੀ ਦੇਖਦੇ ਅੰਦਰ ਜਾ ਕੇ। ਸੋ ਉਰੇ ਵੀ ਉਵੇਂ ਹੀ ਸਾਡੇ ਨਾਲ ਮਾੜੀ ਹੋਈ ਤੇ 5 ਵਜ ਗਏ ਤੇ ਹੁਣ ਆਪਾਂ ਐਂਟਰੀ ਨਹੀਂ ਕਰ ਸਕਦੇ ਕਿਉਂਕਿ ਇਹਨਾਂ ਦਾ ਕਲੋਜ਼ਿੰਗ ਟਾਈਮ ਹੋ ਗਿਆ ਹੁਣ, ਤੇ ਹੁਣ ਦੇਖਦੇ ਆ ਅੱਗੇ ਜਾਂਦੇ ਆ ਤੇ ਮੈਨੂੰ ਲੱਗਦਾ ਘਰੇ ਹੀ ਜਾਂਦੇ ਹੁਣ ਤਾਂ। ਲਓ ਜੀ, ਵੇਲਸ ਨੂੰ ਆਪਾਂ ਕਰ ਰਹੇ ਹਾਂ ਹੁਣ ਅਲਵਿਦਾ, ਤੇ ਰੱਬ ਕਿਰਪਾ ਕਰੇ ਤਾਂ ਦੁਬਾਰੇ ਤੇ ਆਉਂਗੇ, ਜ਼ਰੂਰ ਆਉਂਗੇ, ਤੇ ਮਿਲਦੇ ਹਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਜਿਹੜਾ ਕਿ ਆਊਗਾ ਸਾਡਾ ਕੱਲ੍ਹ ਨੂੰ। ਰੈਗੂਲਰ ਵਲੌਗ ਇੱਦਾਂ ਹੀ ਚੱਲਦੇ ਰਹਿਣਗੇ। ਤੁਸੀਂ ਕੀ ਕਰਨਾ, ਚੈਨਲ ਲਾਈਕ ਕਰਨਾ, ਕਮੈਂਟ ਕਰਨਾ, ਸਬਸਕ੍ਰਾਈਬ ਕਰਨਾ, ਅਤੇ ਇੱਦਾਂ ਹੀ ਪਿਆਰ ਬਣਾਈ ਰੱਖਿਓ ਸਾਡੇ ਨਾਲ, ਅਤੇ ਅਸੀਂ ਵੀ ਤੁਹਾਨੂੰ ਆਪ ਘੁੰਮਾਂਗੇ, ਨਾਲੇ ਤੁਹਾਨੂੰ ਵਧੀਆ ਵਧੀਆ ਦੁਨੀਆ ਦਿਖਾਵਾਂਗੇ, ਦੁਨੀਆ ਦੇ ਕੀ ਰੰਗ ਨੇ। ਅਤੇ ਮਿਲਦੇ ਹਾਂ ਕੱਲ੍ਹ ਨੂੰ ਨਵੇਂ ਵਲੌਗ ਦੇ ਨਾਲ, ਅਤੇ ਜਦ ਤੱਕ ਲਈ ਰੱਬ ਰਾਖਾ, ਧੰਨਵਾਦ।